ਤਰਨਤਾਰਨ ਸ਼ਹਿਰ ਦੀ ਮੁੱਖ ਸੜਕ ਤੇ ਹੋਈ ਚੋਰੀ ਦੀ ਵੱਡੀ ਵਾਰਦਾਤ ਨੇ ਸਥਾਨਕ ਵਪਾਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਣਪਛਾਤੇ ਚੋਰਾਂ ਨੇ ਰਾਹ ਦੇ ਹਨੇਰੇ ਵਿੱਚ ਇੱਕੋ ਸਮੇਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਇਆਂ ਦਾ ਸਮਾਨ ਚੋਰੀ ਕਰ ਲਿਆ। ਚੋਰੀ ਦੀ ਇਸ ਘਟਨਾ ਨੇ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਹਨ। ਚੋਰਾਂ ਨੇ ਚੋਰੀ ਤੋਂ ਪਹਿਲਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਨੂੰ ਕੱਟ ਦਿੱਤਾ, ਜਿਸ ਨਾਲ ਉਹਨਾਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨਾ ਅਸੰਭਵ ਹੋ ਗਿਆ। ਫਿਰ ਉਹ ਇਲੈਕਟ੍ਰੋਨਿਕਸ ਦੀ ਦੁਕਾਨ, ਇੱਕ ਆਰਕੀਟੈਕਟ ਦੇ ਦਫ਼ਤਰ, ਇੱਕ ਮੋਬਾਈਲ ਮੁਰੰਮਤ ਕੇਂਦਰ ਅਤੇ 2 ਹੋਰ ਦੁਕਾਨਾਂ ਵਿੱਚ ਭੰਨਤੋੜ ਕਰ ਗਏ। ਇਹਨਾਂ ਦੁਕਾਨਾਂ ਵਿੱਚ ਮੋਬਾਈਲ ਫੋਨ, ਇਲੈਕਟ੍ਰੋਨਿਕਸ ਦਾ ਸਮਾਨ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ। ਇਸ ਘਟਨਾ ਕਾਰਨ ਸਥਾਨਕ ਦੁਕਾਨਦਾਰਾਂ ਵਿੱਚ ਡਰ ਅਤੇ ਗੁੱਸਾ ਹੈ। ਚੋਰੀ ਦੀ ਘਟਨਾ ਤੋਂ ਬਾਅਦ ਕਾਰੋਬਾਰੀਆਂ ਦੀਆਂ ਦੁਰਾਤਾਂ ਦੀ ਨੀਂਦ ਉੱਡ ਗਈ ਹੈ ਅਤੇ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਬੇਹੱਦ ਚਿੰਤਤ ਹਨ। ਤਰਨ ਤਾਰਨ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਪੁਆਇੰਟ ਬਤਰਾ ਇਨਸੰਦ ਸਾਡੇ ਸ਼ੀਸ਼ਾ ਤੋੜ ਕੇ ਅਤੇ ਮੋਬਾਈਲ ਅਤੇ ਕੁਛ ਨਵੇਂ ਮੋਬਾਈਲ ਸੈਮਸੰਗ ਸੀ, ਵੀਵੋ ਸੀ, ਅਲਟਰਾ ਹੈਗੇ ਸੀਗੇ ਸੈਮਸੰਗ, ਅਤੇ ਡੱਬੇ ਖਾਲੀ ਕਰਕੇ ਵੀ 5-6 ਲੱਖ ਰੁਪਏ ਤੋਂ ਉੱਪਰ ਦੇ ਜੋ ਸਾਨੂੰ ਨਜ਼ਰ ਆ ਰਿਹਾ ਵਾ ਉਹ ਲੈ ਗਏ ਆ। ਪੁਲਿਸ ਨੂੰ ਕੰਪਲੇਂਟ ਦਿੱਤੀ ਸੀ, ਉਹਨਾਂ ਨੇ ਭੇਜੇ ਸੀਗੇ, ਅਤੇ ਬਸ ਇੰਨਾ ਕੀ ਹਾਲੇ ਕਾਰਵਾਈ ਹੈ, ਅਜੇ ਕੁਛ ਨਹੀਂ ਹੈਗੀ। ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹਨਾਂ ਨੇ ਆਉਂਦਿਆਂ ਸਰ ਪਹਿਲਾਂ ਸੀਸੀਟੀਵੀ ਕੈਮਰੇ ਬੰਦ ਕੀਤੇ ਆ ਜੀ, ਫਿਰ ਉਹਨਾਂ ਨੇ ਸ਼ੁਰੂ ਕੀਤਾ ਵਾ। 12 ਵਜੇ ਦੇ ਕਰੀਬ ਇਹਨਾਂ ਕੈਮਰੇ ਬੰਦ ਹੋਏ ਆ। ਜੀ, ਮੇਰਾ ਨਾਮ ਸੁਰਿੰਦਰ ਸਿੰਘ, ਸਾਡੇ ਇੱਥੇ ਹਰਮਨ ਫੋਟੋਸ ਦੁਕਾਨ ਹੈ। ਕੱਲ੍ਹ ਕੋਠਿਓ ਕੋਠੀ ਉਹ ਆਏ ਨੇ ਚੋਰ, ਚੋਰੀ ਕਰਨ ਲਈ। ਚੋਰੀ ਕਰਕੇ ਸਾਡਾ ਉਤਲਾ ਸ਼ੀਸ਼ਾ ਭੰਨ ਕੇ, ਦਰਵਾਜ਼ਾ ਖੋਲ੍ਹ ਕੇ ਕੈਸ਼ ਵਗੈਰਾ ਕੋਈ 1500-1600 ਰੁਪਈਆ ਅਸੀਂ ਲੈ ਗਏ। ਹੋਰ ਦੁਕਾਨਾਂ ਵੀ ਜਿਹੜੀਆਂ ਆਂਢ ਗੁਆਂਢ ਨੇ, 5 ਦੁਕਾਨਾਂ 'ਤੇ ਚੋਰੀ ਹੋਈ ਜੀ ਕੱਲ੍ਹ ਰਾਤ, ਹਾਂਜੀ। ਅਤੇ ਜਿਹਨਾਂ ਵਿੱਚ ਇੱਥੇ ਮੋਬਾਈਲ ਦੀ ਦੁਕਾਨ ਹੈ ਉਹਨਾਂ ਦਾ ਕਾਫੀ ਨੁਕਸਾਨ, 6-7 ਲੱਖ ਦਾ ਨੁਕਸਾਨ ਕਰ ਗਏ ਨੇ। ਲੱਗ ਗਏ ਆਰਕੀਟੈਕਚਰ ਨੇ ਸਾਡੇ, ਉਹਨਾਂ ਦਾ ਵੀ ਉੱਪਰੋਂ ਸ਼ੀਸ਼ਾ ਦਰਵਾਜ਼ਾ ਭੰਨ ਕੇ, ਦਰਵਾਜ਼ਾ ਖੋਲ੍ਹ ਕੇ ਨੁਕਸਾਨ ਕਰ ਗਏ ਨੇ। ਪੁਲਿਸ ਕੋਲ ਸਾਫ ਇਹ ਜਿਹੜੇ ਗੁੰਡਾਗਰਦੀ ਹਟਾਈ ਜਾਵੇ, ਚੋਰੀ ਰੋਕੀ ਜਾਵੇ। ਨਰਿੰਦਰ ਸਿੰਘ ਬੱਚਾ ਐਂਡ ਸੰਜ ਦੀ ਇਲੈਕਟ੍ਰੋਨਿਕ ਦੀ ਦੁਕਾਨ ਹੈ, ਮੋਬਾਈਲਾਂ ਮੋਬਾਈਲਾਂ ਦਾ ਕੰਮ ਕਰਦੇ ਨੇ ਉਹ, ਅਤੇ ਉਹਦੇ ਨਾਲ 1-2 ਦੁਕਾਨਾਂ ਹੋਰ ਹੈ। ਉਹਨਾਂ ਦੁਕਾਨਾਂ ਦੇ 'ਤੇ ਅੱਜ ਕੰਪਲੇਂਟ ਇੱਕ ਸਵੇਰੇ ਮਿਲੀ ਸੀ ਵੀ ਇਹਦੇ 'ਚ ਇਹਨਾਂ ਦੀ ਦੁਕਾਨ ਦੀ ਅੰਦਰੋਂ ਕੋਈ ਚੋਰ ਚੋਰੀ ਕਰਕੇ ਅਤੇ ਕੁਛ ਸਮਾਨ ਲੈ ਗਏ ਨੇ। ਇਹਦੇ ਬਾਰੇ ਪਰਚਾ ਅਸੀਂ ਦਰਜ ਕਰ ਦਿੱਤਾ ਵਾ, ਤਫਤੀਸ਼ ਜਾਰੀ ਹੈ।